ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬ ਸ਼ਾਨ ਪੰਜਾਬ ਦੀ। ਪਰ ਜੇਲ੍ਹਾਂ ਦੇ ਵਿੱਚ ਜੋ ਹਾਲਾਤ ਹੁੰਦੇ ਨੇ, ਜੋ ਉਸਦਾ ਪ੍ਰਸ਼ਾਸਨ ਕਰਦਾ, ਉਹਦੀ ਮੈਂ ਤੁਹਾਨੂੰ ਜਿਹੜਾ ਚਾਨਣਾ ਪਾਉਣਾ ਚਾਹੁੰਦਾ ਕਿ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਸ ਮੁੰਡੇ ਦੀ ਜਿਹੜੀ ਮੌਤ ਹੋ ਜਾਂਦੀ ਆ। ਹੁਣ ਤੁਸੀਂ ਇਹ ਦੇਖ ਲਿਓ ਵੀ ਇਹ ਕਦੇ ਵੀ ਇਸ ਗੱਲ ਦੀ ਪੜਤਾਲ ਨਹੀਂ ਹੋਣੀ, ਕਦੇ ਪੜਤਾਲ ਨਹੀਂ ਹੋਣੀ। ਹਾਲਾਂਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜੇ ਉੱਥੇ ਮੁੰਡੇ ਇੱਕ ਮਰਿਆ ਜਾਂ ਦੋ ਮਰੇ ਨੇ ਜਾਂ ਜਿੰਨੇ ਜ਼ਖਮੀ ਹੋਏ ਨੇ ਪੁਲਿਸ ਦੀ ਗੋਲੀਬਾਰੀ ਦੇ ਨਾਲ ਜਾਂ ਪੁਲਿਸ ਦੀਆਂ ਡਾਂਗਾਂ ਦੇ ਨਾਲ, ਤਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੇ ਜਾਂ ਡਾਂਗਾਂ ਮਾਰੀਆਂ ਨੇ, ਉਹ ਵੀ ਜਿਹੜੇ ਉਹ ਕਟਹਿਰੇ ਦੇ ਵਿੱਚ ਸਾਹਮਣੇ ਆਉਣੇ ਚਾਹੀਦੇ ਨੇ। ਤੁਸੀਂ ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹਾਂ, ਜਿਹੜੇ ਕੋਈ ਵੀਰ ਨੇ ਕਿਸੇ ਨਾ ਕਿਸੇ ਕਾਰਨਾਂ ਕਰਕੇ ਜੇਲ੍ਹ ਗਿਆ ਹੋਊਗਾ ਉਹਨੂੰ ਪਤਾ ਹੋਣਾ, ਜਿਹੜੇ ਨਹੀਂ ਗਏ ਜਿਹਨੂੰ ਨਹੀਂ ਪਤਾ, ਜੇਲ੍ਹ ਦੇ ਵਿੱਚ ਇੰਨੀ ਕੁ ਰੋਟੀ ਦੇ ਮਾੜੇ ਹਾਲ ਹੁੰਦੇ, ਮਤਲਬ ਤੁਹਾਨੂੰ ਦਿਖਾ ਦੇਗੇ ਜੇ ਰੋਟੀ ਜਾਂ ਦਾਲ ਉੱਥੋਂ ਦੀ, ਤਾਂ ਤੁਹਾਨੂੰ ਚਾਰ ਦਿਨ ਵੈਸੇ ਸਾਰਾ ਕੁਝ ਚੰਗਾ ਲੱਗਣ ਹਟ ਜਾਊਗਾ, ਐਡਾ ਮਾੜਾ ਹਾਲ ਹੁੰਦਾ ਰੋਟੀ ਤੇ ਦਾਲ ਦਾ। ਬੀਤੇ ਦਿਨੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੇਕਾਬੂ ਹੋਏ ਕੈਦੀ ਅਤੇ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਲੱਖਾ ਸਿਧਾਣਾ ਕੈਦੀਆਂ ਦੇ ਹੱਕ ਵਿੱਚ ਨਿਤਰੇ ਨੇ, ਜਿਹਦੇ ਚਲਦੇ ਲੱਖਾ ਸਿਧਾਣਾ ਵੱਲੋਂ ਇੱਕ ਵਾਰ ਫੇਰ ਪੁਲਿਸ ਪ੍ਰਸ਼ਾਸਨ ਦੀ ਅਤੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲੀ ਗਈ ਹੈ। ਕੀ ਹੈ ਕਹਿਣਾ ਲੱਖਾ ਸਿਧਾਣਾ ਦਾ ਇਸ ਮਾਮਲੇ ਬਾਰੇ, ਆਓ ਸੁਣਦੇ ਹਾਂ। ਵੈਸੇ ਤਾਂ ਮੈਂ ਇਸ ਮਸਲੇ ਤੇ ਨਹੀਂ ਬੋਲਣਾ ਚਾਹੁੰਦਾ ਸੀ, ਕਿਉਂਕਿ ਕਈ ਵਾਰੀ ਐਂ ਹੋ ਜਾਂਦਾ ਜੀ ਪਤਾ ਨਹੀਂ ਹਰ ਇੱਕ ਮਸਲੇ ਦੇ ਵਿੱਚ ਟੰਗ ਡਾਉਂਦੇ ਆ ਕੇ, ਇਹ ਪਤਾ ਨਹੀਂ ਜ਼ਿਆਦਾ ਸਿਆਣੇ ਇਹਨਾਂ ਨੂੰ ਜ਼ਿਆਦਾ ਪਤਾ। ਪਰ ਬੋਲਣਾ ਕਿਉਂ ਪਿਆ, ਕਿਉਂਕਿ ਮੈਂ ਜਦੋਂ ਦੀ ਅੱਜ ਲੁਧਿਆਣੇ ਜੇਲ੍ਹ ਦੇ ਵਿੱਚ ਘਟਨਾ ਹੋਈ ਆ ਅਤੇ ਉਸ ਵੇਲੇ ਤੋਂ ਲੈ ਕੇ ਟੈਲੀਵਿਜ਼ਨ ਦੇ ਉੱਤੇ ਮੈਂ ਵੱਖ ਵੱਖ ਚੈਨਲਾਂ ਦੇ ਉੱਤੇ ਦੇਖਿਆ ਕਿ ਚੈਨਲ ਨੇ ਜਿਹੜੇ ਮਤਲਬ ਕਿ ਉਹ ਇੱਕ ਪੱਖ ਹੀ ਪੇਸ਼ ਕਰੀ ਜਾਂਦੇ ਆ, ਉਹ ਇਸ ਖ਼ਬਰ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕਰ ਰਹੇ ਨੇ ਕਿ ਦੋ ਗਰੁੱਪਾਂ ਦੇ ਵਿੱਚ, ਦੋ ਧੜਿਆਂ ਦੇ ਵਿੱਚ ਅੰਦਰ ਜਿਹੜੀ ਗੈਂਗਵਾਰ ਹੋਈ ਹੈ ਉਹਨਾਂ ਦੀ ਆਪਸੀ ਲੜਾਈ ਹੋਈ ਹੈ, ਅਤੇ ਜਿਹਦੇ ਕਰਕੇ ਇਹ ਉਦੋਂ ਬਾਅਦ ਜਿਹੜਾ ਸਾਰਾ ਮਸਲਾ ਇਹ ਵਧਿਆ, ਅਤੇ ਜਿਸ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਪ੍ਰਸ਼ਾਸਨ ਨੂੰ, ਅਤੇ ਜਿਹਦੇ ਨਾਲ ਇੱਕ ਜਿਹੜੀ ਹੁਣ ਤੱਕ ਮੈਨੂੰ ਲੱਗਦਾ ਇੱਕ ਜਾਂ ਦੋ ਸ਼ਾਇਦ ਮੁੰਡਿਆਂ ਦੀ ਉਹਦੇ 'ਚ ਮੌਤ ਹੋਈ ਹੈ ਜਿਹੜੀ ਪੁਲਿਸ ਨੇ ਗੋਲੀ ਚਲਾਈ ਹੈ। ਪਰ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਇਹਦਾ ਜਿਹੜਾ ਦੂਜਾ ਪੱਖ ਹੈ, ਜੋ ਮੀਡੀਆ ਨੇ, ਜੋ ਪ੍ਰਸ਼ਾਸਨ ਨੇ, ਜੋ ਸਰਕਾਰਾਂ ਨੇ ਕਦੇ ਵੀ ਨਹੀਂ ਦਿਖਾਉਣਾ, ਨਾ ਦੱਸਣਾ, ਨਾ ਇਹ ਲੋਕਾਂ ਤੱਕ ਜਿਹੜਾ ਜਾਣਾ, ਕਿਉਂਕਿ ਮੈਂ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਤੁਹਾਡੇ ਯਾਦ ਹੋਵੇ ਕਿ ਜਦੋਂ ਮੈਂ ਫਰੀਦਕੋਟ ਜੇਲ੍ਹ ਦੇ ਵਿੱਚੋਂ ਆਇਆ ਸੀ ਤਾਂ ਮੈਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਖੁਲਾਸੇ ਕੀਤੇ ਸੀ ਕਿ ਕਿਵੇਂ ਜੇਲ੍ਹਾਂ ਦੇ ਵਿੱਚ ਜਿਹੜਾ ਚਿੱਟੇ ਦਾ ਕਾਰੋਬਾਰ ਹੁੰਦਾ, ਕਿਵੇਂ ਉੱਥੇ ਜਵਾਨੀ ਜਿਹੜੀ ਕਾਲੇ ਪੀੜੀਏ ਨਾ ਏਡਜ਼ ਨਾਲ ਮਰ ਰਹੀ ਹੈ, ਟੀਕੇ ਲਾ ਰਹੀ ਹੈ, ਕਿਵੇਂ ਜੇਲ੍ਹਾਂ ਦੇ ਵਿੱਚ ਜਿਹੜਾ ਰੋਟੀ ਦਾ ਮਾੜਾ ਹਾਲ ਹੈ, ਦਵਾਈ ਦਾ ਬੜਾ ਮਾੜਾ ਹਾਲ ਹੈ, ਉਹ ਨਹੀਂ ਮਿਲਦੀ ਹੈਗੀ। ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਿਉਂ ਹੁੰਦੀਆਂ ਨੇ, 2013 ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਅੱਗ ਲਾ ਦਿੱਤੀ ਗਈ ਸੀ ਅੰਦਰ ਬੰਦੀਆਂ ਵੱਲੋਂ, ਕੈਦੀਆਂ ਵੱਲੋਂ। ਕਪੂਰਥਲੇ ਦੇ ਵਿੱਚ ਜੇਲ੍ਹ ਦੇ ਵਿੱਚ ਅੱਗ ਲੱਗੀ, ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਅੰਦਰ ਇੱਟਾਂ ਰੋੜੇ ਚੱਲੇ, ਹੋਰ ਕਈ ਜੇਲ੍ਹਾਂ ਦੇ ਵਿੱਚ ਘਟਨਾਵਾਂ ਜਿਹੜੀਆਂ ਉਹ ਸਮੇਂ ਸਮੇਂ 'ਤੇ ਵਾਪਰਦੀਆਂ ਰਹੀਆਂ ਨੇ। ਇਹ ਕਿਉਂ ਆ? ਅਸਲ ਤਾਂ ਆਪਾਂ ਜੇ ਅੱਜ ਲੁਧਿਆਣੇ ਵਾਲੀ ਗੱਲ ਕਰ ਗਏ, ਲੁਧਿਆਣੇ ਵਾਲੀ ਜਿਹੜੀ ਗੱਲਬਾਤ ਆ ਮੈਨੂੰ ਪਤਾ ਲੱਗੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇੱਕ ਮੁੰਡਾ ਸੀਗਾ ਜਿਹੜਾ ਬਿਮਾਰ ਹੋ ਗਿਆ ਸੀ, ਉਹ ਬਿਮਾਰ ਹੋਣ ਤੋਂ ਬਾਅਦ ਉਹਨੂੰ ਦਵਾਈ ਜਿਹੜੀ ਦਵਾਉਣ ਦੀ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਾਂ ਕਿ ਦਵਾਈ ਦੇ ਇੰਨੇ ਕੁ ਮਾੜੇ ਹਾਲ ਨੇ ਕਿ ਉੱਥੇ ਜਿੰਨਾ ਮਰਜ਼ੀ ਬੰਦਾ ਗੰਭੀਰ ਬਿਮਾਰ ਹੋਵੇ, ਸੀਰੀਅਸ ਹੋਵੇ, ਕਈ ਕਈ ਦਿਨ ਉੱਥੇ ਉਹ ਪ੍ਰਸ਼ਾਸਨ ਦੀਆਂ ਮਿੰਨਤਾਂ ਕਰੀ ਜਾਂਦਾ, ਡਾਕਟਰ ਦੀਆਂ ਮਿੰਨਤਾਂ ਕਰੀ ਜਾਂਦਾ ਵੀ ਮੇਰੀ ਗਾਰਦ ਲਵਾ ਦਿਓ, ਬਾਹਰ ਲਾ ਭੇਜ ਦਿਓ, ਮੈਨੂੰ ਬਾਹਰੋਂ ਮੈਨੂੰ ਦਵਾਈ ਦਵਾ ਦਿਓ ਜਾਂ ਡਾਕਟਰ ਕੋਈ ਮੈਨੂੰ ਚੰਗੀ ਦਵਾਈ ਦੇ ਦੇ, ਫਿਰ ਕਿਤੇ ਜਾ ਕੇ ਉਹ ਮਾੜੀ ਮੋਟੀ ਸੁਣਦੇ ਆ, ਨਹੀਂ ਤਾਂ ਸੁਣਦੇ ਨਹੀਂ ਹੈਗੇ। ਅਤੇ ਤਕੜੇ ਬੰਦੇ ਉੱਥੇ, ਹਾਲਾਤ ਆਪਾਂ ਇਹ ਦੇਖਦੇ ਹਾਂ ਜੇਲ੍ਹਾਂ ਦੇ ਵਿੱਚ ਕਿ ਤਕੜਾ ਬੰਦਾ ਉੱਥੇ ਸਿਫਾਰਿਸ਼ਾਂ ਦੇ ਨਾਲ ਜਾਂ ਪੈਸੇ ਦੇ ਨਾਲ ਡਾਕਟਰ ਤੋਂ ਗਾਰਦ ਲਵਾ ਕੇ ਪ੍ਰਸ਼ਾਸਨ ਤੋਂ ਕਹਿ ਕਹਾ ਕੇ ਬਾਹਰਲੇ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਕੇ ਨਜ਼ਾਰੇ ਲਈ ਜਾਂਦੇ ਨੇ, ਉੱਥੇ ਜਾ ਕੇ ਬਹਿ ਜਾਂਦੇ ਨੇ, ਪੰਜ ਪੰਜ ਸੱਤ ਸੱਤ ਦਿਨ ਹਸਪਤਾਲ ਦੇ ਵਿੱਚ ਬੈਠੇ ਰਹਿੰਦੇ ਨੇ, ਅਤੇ ਮਾੜੇ ਬੰਦੇ ਦੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ। ਲੁਧਿਆਣੇ ਵਾਲੀ ਘਟਨਾ ਜਿਹੜੀ ਮੈਨੂੰ ਪਤਾ ਲੱਗੀ ਹੈ ਕਿ ਮੁੰਡੇ ਦੇ ਬਿਮਾਰ ਹੋਣ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਸਾਥੀ ਸੀ ਜਾਂ ਹੋਰ ਬੰਦੀ ਸੀਗੇ ਉਹਨਾਂ ਨੇ ਇੱਕ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਇਹਨੂੰ ਦਵਾਈ ਦਵਾਈ ਜਾਵੇ, ਇਹਦਾ ਇਲਾਜ ਕਰਾਇਆ ਜਾਵੇ। ਉੱਥੋਂ ਗੱਲ ਵੱਧਦੀ ਵੱਧਦੀ ਜਿਹੜਾ ਟਕਰਾਅ ਉਹ ਪੁਲਿਸ ਦੇ ਨਾਲ ਬਣ ਗਿਆ, ਅਤੇ ਟਕਰਾਅ ਹੋਣ ਤੋਂ ਬਾਅਦ ਜਿਹੜਾ ਪੁਲਿਸ ਨੇ ਜੋ ਵੀ ਹੋਇਆ, ਗੋਲੀਬਾਰੀ ਹੋਈ, ਮੈਂ ਇਹ ਨਹੀਂ ਕਹਿੰਦਾ
ਮੈਂ ਤਰਫਦਾਰੀ ਨਹੀਂ ਕਰ ਰਿਹਾ ਕਿ ਜਿਹੜੇ ਉੱਥੇ ਬੰਦੀ ਨੇ ਅੰਦਰ ਬੰਦ ਨੇ ਬੰਦੇ ਉਹ ਬਹੁਤ ਸਹੀ ਨੇ ਬਹੁਤ ਸਾਫ਼ ਸੁਥਰੇ ਨੇ ਜਾਂ ਬਹੁਤ ਚੰਗੇ ਨੇ, ਮੈਂ ਉਹਨਾਂ ਦੀ ਤਰਫਦਾਰੀ ਨਹੀਂ ਕਰਦਾ। ਪਰ ਮੈਂ ਇਹ ਚਾਹੁੰਦਾ ਕਿ ਇਸ ਗੱਲ ਦੇ ਉੱਤੋਂ ਪਰਦਾ ਉੱਠਣਾ ਚਾਹੀਦਾ ਜੋ ਸੱਚਾਈ ਹੈ ਜੇਲ੍ਹਾਂ ਦੀ, ਕਿਉਂਕਿ ਆਖਰ ਆ ਚਾਹੇ ਜਿਹੜੇ ਵੀ ਮਰਜ਼ੀ ਬੰਦੇ ਨੇ ਜੋ ਮਰਜ਼ੀ ਕਿਸੇ ਨੇ ਕ੍ਰਾਈਮ ਕੀਤਾ, ਕਾਨੂੰਨ ਦੇ ਹਿਸਾਬ ਨਾਲ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਪਰ ਜੇਲ੍ਹਾਂ ਦੇ ਵਿੱਚ ਜੋ ਹਾਲਾਤ ਹੁੰਦੇ ਨੇ, ਜੋ ਉੱਥੋਂ ਦਾ ਪ੍ਰਸ਼ਾਸਨ ਕਰਦਾ, ਉਹਦੀ ਮੈਂ ਤੁਹਾਨੂੰ ਜਿਹੜਾ ਚਾਨਣਾ ਪਾਉਣਾ ਚਾਹੁੰਦਾ ਕਿ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਸ ਮੁੰਡੇ ਦੀ ਜਿਹੜੀ ਮੌਤ ਹੋ ਜਾਂਦੀ ਆ। ਹੁਣ ਤੁਸੀਂ ਇਹ ਦੇਖ ਲਿਓ ਵੀ ਇਹ ਕਦੇ ਵੀ ਇਸ ਗੱਲ ਦੀ ਪੜਤਾਲ ਨਹੀਂ ਹੋਣੀ, ਕਦੇ ਪੜਤਾਲ ਨਹੀਂ ਹੋਣੀ। ਹਾਲਾਂਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜੇ ਉੱਥੇ ਮੁੰਡੇ ਇੱਕ ਮਰਿਆ ਜਾਂ ਦੋ ਮਰੇ ਨੇ ਜਾਂ ਜਿੰਨੇ ਜ਼ਖਮੀ ਹੋਏ ਨੇ ਪੁਲਿਸ ਦੀ ਗੋਲੀਬਾਰੀ ਦੇ ਨਾਲ ਜਾਂ ਪੁਲਿਸ ਦੀਆਂ ਡਾਂਗਾਂ ਦੇ ਨਾਲ, ਤਾਂ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੇ ਜਾਂ ਡਾਂਗਾਂ ਮਾਰੀਆਂ ਨੇ, ਉਹ ਵੀ ਜਿਹੜੇ ਉਹ ਕਟਹਿਰੇ ਦੇ ਵਿੱਚ ਸਾਹਮਣੇ ਆਉਣੇ ਚਾਹੀਦੇ ਨੇ। ਕਿਉਂਕਿ ਜੇਲ੍ਹ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਰੋਟੀ ਦਾ ਐਡਾ ਕੁ ਮਾੜਾ ਹਾਲ ਹੈ ਜੇ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਤੁਸੀਂ ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹਾਂ, ਜਿਹੜੇ ਕੋਈ ਵੀਰ ਨੇ ਕਿਸੇ ਨਾ ਕਿਸੇ ਕਾਰਨਾਂ ਕਰਕੇ ਜੇਲ੍ਹ ਗਿਆ ਹੋਊਗਾ ਉਹਨੂੰ ਪਤਾ ਹੋਣਾ, ਜਿਹੜੇ ਨਹੀਂ ਗਏ ਜਿਹਨੂੰ ਨਹੀਂ ਪਤਾ, ਜੇਲ੍ਹ ਦੇ ਵਿੱਚ ਇੰਨੀ ਕੁ ਰੋਟੀ ਦੇ ਮਾੜੇ ਹਾਲ ਹੁੰਦੇ, ਮਤਲਬ ਤੁਹਾਨੂੰ ਦਿਖਾ ਦੇਗੇ ਜੇ ਰੋਟੀ ਜਾਂ ਦਾਲ ਉੱਥੋਂ ਦੀ, ਤਾਂ ਤੁਹਾਨੂੰ ਚਾਰ ਦਿਨ ਵੈਸੇ ਹੀ ਸਾਰਾ ਕੁਝ ਚੰਗਾ ਲੱਗਣੋਂ ਹਟ ਜੂਗਾ, ਐਡਾ ਮਾੜਾ ਹਾਲ ਹੁੰਦਾ ਰੋਟੀ ਅਤੇ ਦਾਲ ਦਾ। ਦੂਜੀ ਗੱਲ, ਉੱਥੇ ਜੇਲ੍ਹ ਪ੍ਰਸ਼ਾਸਨ ਆ ਜਿਹੜਾ ਜਦੋਂ ਕੋਈ ਗਿਣਤੀ ਪਾਉਣੀ ਹੈ ਤਾਂ ਲੱਖਾਂ ਰੁਪਇਆ ਲੈ ਕੇ ਪਾਈ ਜਾਂਦੇ ਆ, ਜਾਂ ਕੋਈ ਨਵਾਂ ਬੰਦਾ ਕੈਦੀ ਬਣ ਜਾਂਦਾ ਜਦੋਂ ਉਹਦਾ ਮੁਲਾਜ਼ਾ ਕਰਦੇ ਨੇ ਉਹਦੀ ਚੱਕ ਕੇ ਗਿਣਤੀ ਲੰਗਰ 'ਚ ਪਾ ਦਿੰਦੇ ਆ, ਤੰਗ ਕੀਤਾ ਜਾਂਦਾ, ਉੱਥੋਂ ਗਿਣਤੀ ਕੱਟਣ ਦੇ ਪੈਸੇ ਲਏ ਜਾਂਦੇ ਨੇ। ਇਹ ਸਾਰੀਆਂ ਗੱਲਾਂ ਮੈਂ ਪਹਿਲਾਂ ਵੀ ਵਿਸਤਾਰ ਨਾਲ ਦੱਸੀਆਂ ਸੀ ਵੀ ਕਿਵੇਂ ਇੱਕ ਬੀੜੀ ਦੋ ਦੋ ਢਾਈ ਢਾਈ ਸੌ ਰੁਪਏ ਦੀ ਵਿਕਦੀ ਹੈ ਜੇਲ੍ਹ ਦੇ ਵਿੱਚ, ਕਿਵੇਂ ਇੱਕ ਜਰਦੇ ਦੀ ਪੁੜੀ ਜਿਹੜੀ ਚਾਰ ਚਾਰ ਪੰਜ ਪੰਜ ਸੌ ਰੁਪਏ ਦੀ ਵਿਕਦੀ ਆ, ਕੀ ਹਾਲਾਤ ਨੇ ਜੇਲ੍ਹਾਂ ਦੇ ਸਾਰੇ ਮੈਂ ਪਹਿਲਾਂ ਵੀ ਦੱਸਿਆ ਸੀ। ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ, ਬਿਲਕ ਬਿਲਕ ਕੇ ਲੋਕ ਜਿਹੜੇ ਹੈਗੇ ਨੇ ਉੱਥੇ ਮਰ ਜਾਂਦੇ ਨੇ, ਕਿਸੇ ਨੂੰ ਕੋਈ ਦਵਾਈ ਦਾ ਪ੍ਰਬੰਧ ਨਹੀਂ ਹੈਗਾ, ਕੋਈ ਇਲਾਜ ਦਾ ਪ੍ਰਬੰਧ ਨਹੀਂ ਹੈਗਾ। ਇਹ ਗੱਲ ਵੀ ਸਾਨੂੰ, ਮੈਂ ਆ ਜਿਹੜੇ ਪੱਤਰਕਾਰ ਹੁਣ ਇਸ ਗੱਲ 'ਤੇ ਜ਼ੋਰ ਦੇਈ ਜਾਂਦੇ ਆ ਜੀ ਦੇਖੋ ਉੱਥੇ ਗੈਂਗਵਾਰ ਹੋ ਗਿਆ, CRPF ਲਾ ਦਿਓ ਜੀ, ਮੈਂ ਸੁਣਿਆ ਇਹ ਵੀ ਇੱਕ ਚੈਨਲ 'ਤੇ ਚੱਲ ਰਿਹਾ ਸੀ ਵੀ ਦੋ ਤਿੰਨ ਜੇਲ੍ਹਾਂ ਦੇ ਵਿੱਚ ਜਿਹੜਾ CRPF ਨੂੰ ਸੰਭਾਲਤੀਆਂ ਨੇ ਬਠਿੰਡਾ ਲੁਧਿਆਣਾ ਅਤੇ ਸ਼ਾਇਦ ਅੰਮ੍ਰਿਤਸਰ, ਵੀ ਮਤਲਬ ਕਿ ਅਸਲ ਤਹਿ ਤੱਕ ਜਾਣ ਦੀ ਲੋੜ ਆ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ, ਅੰਦਰ ਬੰਦੀਆਂ ਦਾ ਝਗੜਾ ਜਿਹੜਾ ਉਹ ਜੇਲ੍ਹ ਪ੍ਰਸ਼ਾਸਨ ਨਾਲ ਕਿਉਂ ਹੁੰਦਾ, ਕਿਉਂ ਕਈ ਵਾਰੀ ਜੇਲ੍ਹ ਚੱਗਾਂ ਲੱਗੀਆਂ ਲੜਾਈਆਂ ਝਗੜੇ ਹੋਏ ਕਿਉਂ ਹੁੰਦੇ ਨੇ, ਇਹਦਾ ਅਸਲ ਜੜ ਫੜਨ ਦੀ ਲੋੜ ਆ ਮੈਨੂੰ ਲੱਗਦਾ। ਪਰ ਉਹ ਕੋਈ ਵੀ ਪੱਤਰਕਾਰ ਜਿਹੜੇ ਹੈਗੇ ਵੱਡੇ ਵੱਡੇ ਚੈਨਲ ਵਾਲੇ ਨਹੀਂ ਫੜਨਗੇ, ਉਹਨਾਂ ਨੇ ਬਦਨਾਮ ਜਿਹੜਾ ਕਰਨਾ ਉਹ ਅੰਦਰ ਬੈਠੇ ਬੰਦਿਆਂ ਨੂੰ ਹੀ ਕਰਨਾ ਵੀ ਦੇਖੋ ਜੀ ਇਹ ਅੰਦਰ ਬੈਠੇ ਵੀ ਨਹੀਂ ਹਟਦੇ। ਹੁਣ ਯਾਰ ਐਡਾ ਮਾੜਾ ਹਾਲ ਆ ਫਰੀਦਕੋਟ ਜੇਲ੍ਹ ਦੀ ਗੱਲ ਆਪਾਂ ਕਰ ਲਈਏ, ਪਾਣੀ ਦਾ ਐਡਾ ਮਾੜਾ ਹਾਲ ਹੋਇਆ ਪਿਆ, ਹੋਰ ਕਈ ਜੇਲ੍ਹਾਂ ਦੇ ਇਹੋ ਹਾਲਾਤ ਹੈਗੇ ਨੇ ਕਿ ਪਾਣੀ ਬਿਨਾਂ ਵੀ ਉੱਥੇ ਤਿਹਾਏ ਮਰ ਜਾਂਦੇ ਨੇ ਲੋਕ, ਪੂਰਾ ਪਾਣੀ ਵੀ ਨਹੀਂ ਪਹੁੰਚਦਾ, ਤਾਂ ਫਿਰ ਬੰਦਾ ਉੱਥੇ ਕੀ ਕਰੂਗਾ? ਅੱਕਿਆ ਹੋਇਆ ਬੰਦਾ ਅਗਲਾ ਕਹਿੰਦਾ ਯਾਰ ਤਾਂ ਜਮੇ ਸਾਨੂੰ, ਇੱਕ ਤਾਂ ਪਹਿਲਾਂ ਹੀ ਦੇਖੋ ਬੰਦੇ ਅੰਦਰ ਹੁੰਦੇ ਨੇ, ਕਈ ਤਾਂ ਵਿਚਾਰੇ ਬੇਕਸੂਰੇ ਵੀ ਹੁੰਦੇ ਨੇ ਜਿਨ੍ਹਾਂ ਨੇ ਕੁਛ ਕੀਤਾ ਵੀ ਨਹੀਂ ਹੁੰਦਾ, ਉਹ ਵੀ ਬੰਦੇ ਮਤਲਬ ਕਿ ਉੱਥੇ ਤਾੜੇ ਵੀ ਹੁੰਦੇ ਆ। ਸੋ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦਾ ਮੇਰਾ ਮਕਸਦ ਆ ਉਹ ਇਹ ਆ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਆ, ਪੜਤਾਲ ਹੋਣੀ ਚਾਹੀਦੀ ਆ। ਇੱਥੇ ਜੇਲ੍ਹ ਮੰਤਰੀ ਵੱਡੇ ਵੱਡੇ ਬਿਆਨ ਦਾ ਦਿੰਦਾ, ਮੈਂ ਵੀ ਜਾ ਕੇ ਮਿਲਿਆ ਸੀ, ਮੈਂ ਸਾਰੀ ਸੱਚਾਈ ਦੱਸੀ ਸੀ ਵੀ ਕਿਹੜੇ ਕਿਹੜੇ ਮੁਲਾਜ਼ਮ, ਮੈਂ ਭੁੱਲਰ ਦਾ ਨਾਂ ਲਿਆ ਸੀ ਅਤੇ ਸੁਪਰਡੈਂਟ ਭੁੱਲਰ ਹੁੰਦਾ ਸੀਗਾ ਫਰੀਦਕੋਟ, ਕਿ ਕਿਵੇਂ ਉਹ ਕੀ ਕੁਛ ਕਰਦਾ। 302 ਦਾ ਮਖਿਆ ਅੰਡਰ ਟ੍ਰਾਇਲ ਬੰਦਾ, 302 ਦੇ ਵਿੱਚ 302 ਦਾ ਤਾਂ ਕੇਸ ਚੱਲਦਾ ਸੀ, ਪਰ ਉਹ ਬੰਦਾ ਚੱਕ ਕੇ ਜੇਲ੍ਹ ਸੁਪਰਡੈਂਟ ਲੱਗਿਆ ਹੋਇਆ ਸੀ, ਉਹ ਵੀ ਮੈਂ ਦੱਸਿਆ, ਮੌਕੇ 'ਤੇ ਮਾੜੀ ਜਿਹੀ ਕਾਰਵਾਈ ਕੀਤੀ, ਉਦੋਂ ਬਾਅਦ ਉਹ ਅੱਜ ਬੰਦਾ ਅੱਜ ਵੀ ਸੁਪਰਡੈਂਟ ਲੱਗਿਆ ਹੋਇਆ। ਮੈਂ ਇਹ ਵੀ ਦੱਸਿਆ ਸੀ ਕਿ ਕਿਹੜੀਆਂ ਅੰਦਰ ਜਨਾਨੀਆਂ ਹੈਗੀਆਂ ਨੇ ਜਿਹੜੀਆਂ ਜੇਲ੍ਹ ਦੇ ਵਿੱਚ ਚਿੱਟਾਂ ਸਪਲਾਈ ਕਰਦੀਆਂ ਨੇ, ਕਿਹੜੇ ਕਿਹੜੇ ਮੁਲਾਜ਼ਮ ਨੇ। ਮੈਨੂੰ ਉਹਦੇ ਜਿਹੜਾ ਰੰਧਾਵਾ ਜੇਲ੍ਹ ਮੰਤਰੀ ਆ ਸੁਰਜਿੰਦਰ ਸਿੰਘ, ਇਹਨੇ ਪੂਰਾ ਭਰੋਸਾ ਦਿੱਤਾ ਸੀ, ਕਹਿੰਦਾ ਕੋਈ ਗੱਲ ਨਹੀਂ, ਅਸੀਂ ਮੈਂ ਕਹਿੰਦਾ ਹੁਣੇ ਹੁਣੇ ਹਲੇ ਮੰਤਰੀ ਬਣਿਆ, ਮੈਨੂੰ 20 ਦਿਨ ਦੇ ਅਤੇ 20 ਦਿਨਾਂ ਦੇ ਵਿੱਚ ਮੈਂ ਸਾਰਾ ਜਿਹੜਾ ਕੰਮ ਕਾਰ ਹੈ ਸਹੀ ਕਰ ਦੂੰਗਾ। ਪਰ ਹੁਣ ਤੁਸੀਂ ਹਾਲਾਤ ਦੇਖ ਲਓ ਵੀ ਦਿਨੋਂ ਦਿਨ ਜਿਹੜੇ ਵੱਧ ਤੋਂ ਵੱਧ ਹੁੰਦੇ ਤੁਰੇ ਜਾ ਰਹੇ ਨੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਹੈ। ਪਰ ਮੇਰਾ ਵੀਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਟੈਲੀਵਿਜ਼ਨਾਂ 'ਤੇ ਦੇਖ ਲੈਂਦੇ ਹਾਂ, ਸੋਸ਼ਲ ਮੀਡੀਆ 'ਤੇ ਦੇਖ ਲੈਂਦੇ ਹਾਂ, ਅਤੇ ਇਸ ਨੂੰ ਦੇਖ ਕੇ ਇੱਕ ਰਾਇ ਨਾ ਬਣਾਇਆ ਕਰੋ, ਕਿਉਂਕਿ ਅਸਲ ਸੱਚਾਈ ਆਪਣੇ ਸਾਹਮਣੇ ਕਦੇ ਵੀ ਮੀਡੀਆ ਨੇ ਜਾਂ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਨਹੀਂ ਲੈ ਕੇ ਆਉਣੀ ਹੁੰਦੀ। ਜੇਲ੍ਹਾਂ ਦੇ ਹਾਲਾਤ ਨੇ ਜਿਹੜੇ, ਉਹੀ ਬੰਦੇ ਦੱਸ ਸਕਦੇ ਆ ਜਿਹੜੇ ਬੰਦਿਆਂ ਨੇ ਜੇਲ੍ਹਾਂ ਦੇ ਵਿੱਚ ਆਪਣਾ ਸਮਾਂ ਗੁਜ਼ਾਰਿਆ ਹੁੰਦਾ,
ਉਹ ਉਹ ਸਾਰਾ ਕੁਛ ਇਹਨਾਂ ਤੋਂ ਉਹਨਾਂ ਨੂੰ ਭੇਤ ਹੁੰਦਾ ਕਿ ਕੀ ਕੁਛ ਜਿਹੜਾ ਜੇਲ੍ਹਾਂ ਦੇ ਵਿੱਚ ਹੁੰਦਾ। ਸੋ ਇਸ ਲਈ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੋ ਵੀ ਜੇਲ੍ਹ ਦੇ ਵਿੱਚ ਹੋਇਆ, ਲੁਧਿਆਣਾ ਜੇਲ੍ਹ ਦੇ ਵਿੱਚ ਹੋਇਆ, ਜਿਨ੍ਹਾਂ ਮੁੰਡਿਆਂ ਦੀ ਮੌਤ ਹੋਈ, ਇਹਦੀ ਲੜਾਈ ਦੀ ਜਾਂਚ ਹੋਣੀ ਚਾਹੀਦੀ ਹੈ, ਪੜਤਾਲ ਹੋਣੀ ਚਾਹੀਦੀ ਹੈ, ਕੋਈ ਜੁਡੀਸ਼ਲੀ ਜਾਂਚ ਹੋਵੇ ਕਿ ਕਿਉਂ ਝਗੜਾ ਕਿਹੜੀ ਗੱਲ ਤੋਂ ਹੋਇਆ, ਕਿੱਥੋਂ ਕੰਮ ਵਧਿਆ, ਪੁਲਿਸ ਨੂੰ ਗੋਲੀ ਕਿਉਂ ਚਲਾਉਣੀ ਪਈ, ਜਿਹੜੇ ਮਾਰੇ ਗਏ ਮੁੰਡੇ ਨੇ ਉਹਨਾਂ ਨੂੰ ਕਿਉਂ ਮਾਰਨਾ ਪਿਆ, ਕੀ ਐਡੀ ਗੱਲਬਾਤ ਵੱਧ ਗਈ ਸੀਗੀ। ਸੋ ਇਹ ਸਾਰੀਆਂ ਗੱਲਾਂ ਦੀ ਜਾਂਚ ਪੜਤਾਲ ਹੋ ਕੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਸਾਰਾ ਸੱਚ ਆ ਜਿਹੜਾ ਉਹ ਲੋਕਾਂ ਨੂੰ ਪਤਾ ਲੱਗ ਸਕੇ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।